ਪਾਈਥਨ ਪ੍ਰੋਗਰਾਮਿੰਗ ਦੇ ਅੰਦਰ ਜਿਹੜਾ ਪ੍ਰੋਗਰਾਮ ਅਸੀਂ ਬਣਾਉਣ ਜਾ ਰਹੇ ਹਾਂ ਉਸ ਦਾ ਵਿਸ਼ਾ ਹੈ ਨੰਬਰ ਇਜ਼ ਈਵਨ ਔਰ ਔਡ। ਕੀਬੋਰਡ ਤੋਂ ਦਾਖਲ ਕੀਤਾ ਜਾਣ ਵਾਲਾ ਨੰਬਰ ਈਵਨ ਹੈ ਜਾਂ ਔਡ ਹੈ ਉਸ ਨੂੰ ਪਤਾ ਕਰਨ ਲਈ ਅਸੀਂ ਇਹ ਪ੍ਰੋਗਰਾਮ ਪਾਈਥਨ ਪ੍ਰੋਗਰਾਮਿੰਗ ਦੇ ਵਿੱਚ ਲਿਖਣ ਜਾ ਰਹੇ ਹਾਂ। ਤਾਂ ਇਸ ਦਾ ਲੌਜਿਕ ਵੇਖਦੇ ਹਾਂ। ਐਨ ਇੱਕ ਵੈਰੀਏਬਲ ਲੈਣਾ ਹੈ ਜਿਸ ਦੀ ਵੈਲਿਊ ਅਸੀਂ ਕੀਬੋਰਡ ਤੋਂ ਦੇਣੀ ਹੈ। ਐਨ ਇਜ਼ ਇਕੁਅਲ ਟੂ ਇੰਟ, ਇੰਟ ਇੱਕ ਸਪੈਸੀਫਾਇਰ ਹੈ ਕਿ ਐਂਟਰ ਕੀਤਾ ਜਾਣ ਵਾਲਾ ਨੰਬਰ ਇੰਟੀਜਰ ਹੈ। ਐਂਡ ਇੰਟ ਦੇ ਅੰਦਰ ਪੈਰੇਂਥੀਸਿਸ ਦੇ ਅੰਦਰ ਅਸੀਂ ਇਨਪੁੱਟ ਫੰਕਸ਼ਨ ਲਗਾਉਣਾ ਹੈ ਔਰ ਇਨਪੁੱਟ ਦੇ ਅੰਦਰ ਅਸੀਂ ਮੈਸੇਜ ਦੇਣਾ ਹੈ ਐਂਟਰ ਆ ਨੰਬਰ। ਤਾਂ ਇਨਪੁੱਟ ਫੰਕਸ਼ਨ ਦੀ ਸਹਾਇਤਾ ਨਾਲ ਕੀਬੋਰਡ ਤੋਂ ਵੈਲਿਊ ਇਨਪੁੱਟ ਹੋਏਗੀ। ਉਸ ਤੋਂ ਬਾਅਦ ਅਸੀਂ ਇਫ ਕੰਡੀਸ਼ਨ ਦੇਣੀ ਹੈ। ਇਫ ਦੇ ਵਿੱਚ ਅਸੀਂ ਲੌਜਿਕ ਲਗਾਉਣਾ ਹੈ ਇਫ ਐਨ ਮੋਡਲਸ 2 ਇਜ਼ ਇਕੁਅਲ ਟੂ 0। ਐਨ ਨੂੰ 2 'ਤੇ ਭਾਗ ਕਰਨ 'ਤੇ ਬਾਕੀ ਅਗਰ 0 ਬਚਦਾ ਹੈ, ਅਗਰ ਕੰਡੀਸ਼ਨ ਟਰੂ ਹੋ ਜਾਂਦੀ ਹੈ ਤਾਂ ਜਿਹੜਾ ਨੰਬਰ ਹੈ ਸਾਡਾ ਈਵਨ ਹੈ। ਤਾਂ ਪ੍ਰਿੰਟ ਦੇ ਵਿੱਚ ਅਸੀਂ ਈਵਨ ਨੂੰ ਪ੍ਰਿੰਟ ਕਰਾ ਦੇਣਾ ਹੈ। ਤਾਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਅਗਰ ਕੰਡੀਸ਼ਨ ਫਾਲਸ ਹੋ ਜਾਂਦੀ ਹੈ, ਰਿਮੈਂਡਰ 2 ਰਿਮੈਂਡਰ ਜਿਹੜਾ ਹੈ 0 ਨਹੀਂ ਬਚਦਾ, ਤਾਂ ਐਲਸ ਪਾਰਟ ਦੇਣਾ ਹੈ। ਐਲਸ ਦੇ ਵਿੱਚ ਅਸੀਂ ਕੰਡੀਸ਼ਨ ਦੇਣੀ ਹੈ ਪ੍ਰਿੰਟ ਔਡ, ਤਾਂ ਐਲਸ ਦੇ ਵਿੱਚ ਔਡ ਦੇਣਾ ਹੈ। ਤਾਂ ਇਸ ਤਰੀਕੇ ਨਾਲ ਸਾਡਾ ਪ੍ਰੋਗਰਾਮ ਪੂਰਾ ਹੋ ਚੁੱਕਿਆ ਹੈ। ਸ਼ਿਫਟ F10 ਪ੍ਰੈਸ ਕਰਨਾ ਹੈ ਜਿਸ ਦੇ ਨਾਲ ਸਾਡਾ ਪ੍ਰੋਗਰਾਮ ਐਗਜ਼ੀਕਿਊਟ ਹੋਏਗਾ। ਸ਼ਿਫਟ ਪਲੱਸ F10 ਨੂੰ ਪ੍ਰੈਸ ਕਰੋ। ਤਾਂ ਸ਼ਿਫਟ ਪਲੱਸ F10 ਤੋਂ ਬਾਅਦ ਸਾਡੇ ਤੋਂ ਕੀਬੋਰਡ ਤੋਂ ਵੈਲਿਊ ਮੰਗੀ ਜਾ ਰਹੀ ਹੈ। ਅਸੀਂ ਕੋਈ ਵੈਲਿਊ ਐਂਟਰ ਕਰਾਂਗੇ, ਜਿਵੇਂ 12 ਐਂਟਰ ਕੀਤੀ ਹੈ ਤਾਂ ਈਵਨ ਪ੍ਰਿੰਟ ਹੋ ਜਾਣਾ ਹੈ। ਅਗਰ ਅਸੀਂ ਦੁਬਾਰਾ ਸ਼ਿਫਟ ਪਲੱਸ F10 ਕਰਦੇ ਹਾਂ ਔਰ ਅਸੀਂ ਔਡ ਵੈਲਿਊ ਦਿੰਦੇ ਹਾਂ ਤਾਂ ਸਾਡੇ ਕੋਲ ਔਡ ਦਾ ਮੈਸੇਜ ਪ੍ਰਿੰਟ ਹੋ ਜਾਏਗਾ।